Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ਼੍ਰੀ ਅਕਾਲ ਜੀ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅਤੇ ਆਓ ਸਭ ਤੋਂ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ ਗੜਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ 20 ਜ਼ਖਮੀ ਪੰਜਾਬ 'ਤੇ ਫਿਰ ਛਾਏ ਕਾਲੇ ਬੱਦਲ ਕੈਪਟਨ ਨੇ ਦਿੱਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਨਿਰਦੇਸ਼ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਦੀ ਹੱਤਿਆ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਅਤੇ ਫਰੀਦਕੋਟ 'ਚ ਖੂਨੀ ਟਕਰਾਅ ਇੱਕ ਦੀ ਮੌਤ ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਖਬਰਾਂ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਵਡੇਸਰੋਂ ਵਿਖੇ ਇੱਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ਜਾਣ ਕਾਰਨ ਗੱਡੀ 'ਚ ਸਵਾਰ ਕਰੀਬ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਇਕੱਤਰ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਧਰਮਕੋਟ ਦੀ ਸੰਗਤ ਟਾਟਾ ਗੱਡੀ 'ਚ ਸਵਾਰ ਹੋ ਕੇ ਗੜਸ਼ੰਕਰ ਬਲਾਕ ਦੇ ਪਿੰਡ ਬੁਗਰਾ ਵਿਖੇ ਜਠੇਰਿਆਂ ਦੇ ਅਸਥਾਨ 'ਤੇ ਮੱਥਾ ਟੇਕਣ ਜਾ ਰਹੀ ਸੀ ਕਿ ਇੱਕ ਵਾਹਨ ਨੂੰ ਕ੍ਰੋਸ ਕਰਦੇ ਸਮੇਂ ਸਾਹਮਣੇ ਤੋਂ ਟਰੱਕ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਸੰਗਤ ਨਾਲ ਭਰੀ ਗੱਡੀ ਮੁੱਖ ਸੜਕ ਤੋਂ ਲਹਿੰਦੇ ਪਾਸੇ ਨੂੰ ਪਲਟ ਗਈ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ ਪੱਛਮੀ ਮੌਨਸੂਨ ਦੇ ਮੁੜ ਕਿਰਿਆਸ਼ੀਲ ਹੋਣ 'ਤੇ ਅੱਜ ਚਿੰਤਾ ਪ੍ਰਗਟ ਕੀਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ ਮੁੜ ਕਿਰਿਆਸ਼ੀਲ ਹੋਣ ਨਾਲ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਸਕਦਾ ਹੈ ਅਤੇ ਹੜ੍ਹ ਪ੍ਰਭਾਵਿਤ ਸੂਬੇ 'ਚ ਹਾਲਾਤ ਹੋਰ ਵਿਗੜ ਸਕਦੇ ਹਨ ਇਸ ਸੰਬੰਧੀ ਕੈਪਟਨ ਨੇ ਟਵੀਟ ਕਰਕੇ ਮੀਂਹ ਦੇ ਮੁੜ ਸ਼ੁਰੂ ਹੋਣ 'ਤੇ ਸਾਰੇ ਇੰਚਾਰਜ ਮੰਤਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਲਈ ਕਿਹਾ ਗੁਰਦਾਸਪੁਰ ਦੇ ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ ਮਸੀਹ ਪੁੱਤਰ ਕਮਲਜੀਤ ਦੇ ਆਪਣੇ ਪਿੰਡ ਦੀ ਹੀ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਸਨ ਕਿ ਲੜਕੀ ਦੇ ਮਾਪਿਆਂ ਵੱਲੋਂ ਇੱਕ ਸਲਾਹ ਹੋ ਕੇ ਉਸ ਨੂੰ ਪਿੰਡ ਦੇ ਬਾਰ ਬਾਰ ਅਗਵਾ ਕਰਕੇ ਉਸ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਗਈ ਅਤੇ ਫਿਰ ਉਸ ਨੂੰ ਚੁੱਕ ਕੇ ਆਪਣੇ ਘਰ ਲਿਜਾ ਕੇ ਉਸਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ ਮਿਤੀ 24 ਅਤੇ 25 ਦੀ ਦਰਮਿਆਨੀ ਰਾਤ ਨੂੰ ਇੱਕ ਵਿਅਕਤੀ ਯੂਸਫ ਏਲੀਅਸ ਲੱਕੀ ਸਨ ਆਫ ਕਵਲਜੀਤ ਦੇ ਮਰਡਰ ਦੇ ਬਾਰੇ ਇਤਲਾਹ ਮਿਲੀ ਸੀ ਜਿਸ 'ਤੇ SHO ਸਦਰ ਨੇ ਮੁਕੱਦਮਾ ਨੰਬਰ 94 ਮਿਤੀ 25/8/19 ਅੰਡਰ ਸੈਕਸ਼ਨ 302 ਅਤੇ ਹੋਰ ਧਾਰਾ ਦੇ ਤਹਿਤ ਪਰਚਾ ਰਜਿਸਟਰ ਕੀਤਾ ਇਹ ਪਰਚਾ ਪੰਜਾਂ ਵਿਅਕਤੀਆਂ 'ਤੇ ਦਰਜ ਹੋਇਆ ਮੇਨ ਜਿਹੜਾ ਗੱਲ ਫਿਲਹਾਲ ਸਾਹਮਣੇ ਆਈ ਹੈ ਜਿਹੜਾ ਬੰਦਾ ਮ੍ਰਿਤਕ ਹੋਇਆ ਉਸ ਦੇ ਕੋਈ ਨਜਾਇਜ਼ ਰਿਲੇਸ਼ਨ ਸੀ ਦੋਸ਼ੀਆਂ ਦੀ ਲੜਕੀ ਦੇ ਨਾਲ ਉਸ ਮੁੱਦੇ ਨੂੰ ਲੈ ਕੇ ਉਹਦਾ ਕਤਲ ਹੋਇਆ ਪੰਜ ਬੰਦਿਆਂ ਪਰਚਾ ਰਜਿਸਟਰ ਕਰ ਰਿਹਾ ਫਿਲਹਾਲ ਅਸੀਂ ਜਿਹੜਾ ਪਰਚਾ ਰਜਿਸਟਰ ਕਰਨ ਤੋਂ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਬਾਕੀ ਤਫਤੀਸ਼ ਜਾਰੀ ਹੈ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਦੇ ਬੇਟੇ ਰੋਹਨ ਨੇ ਮੁੱਖ ਅਗਨੀ ਦੀ ਰਸਮ ਨਿਭਾਈ ਪੂਰਾ ਮਾਹੌਲ ਜੇਤਲੀ ਜੀ ਅਮਰ ਰਹਿਣ ਦੇ ਨਾਰਿਆਂ ਨਾਲ ਗੂੰਜ ਉੱਠਿਆ ਇਸ ਮੌਕੇ ਜਿੱਥੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਉੱਥੇ ਹੀ ਭਾਜਪਾ ਵਰਕਰ ਅਤੇ ਦਿੱਗਜ ਨੇਤਾ ਵੀ ਮੌਜੂਦ ਰਹੇ ਅਰੁਣ ਜੇਤਲੀ ਜੀ ਪੰਜਾਬ ਦੀ ਦਿਲ ਜਾਨ ਸੀ ਪੰਜਾਬ ਦੇ ਜੋ ਮੁਸ਼ਕਿਲ ਹੋਏ ਜੋ ਪੰਜਾਬੀਆਂ ਦੀ ਗੱਲ ਹੋਏ ਉਹ ਪੰਜਾਬੀਆਂ ਵਾਸਤੇ ਲੜਦੇ ਸੀ ਮੇਰੇ ਪਿਤਾ ਬਾਦਲ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾਅ ਸੀ ਪਿਆਰ ਅਤੇ ਸਾਡੇ ਪਰਿਵਾਰ ਵਾਸਤੇ ਇੱਕ ਬਹੁਤ ਵੱਡਾ ਜਾਤੀ ਸਦਮਾ ਹੈ ਅਤੇ ਮੈਂ ਕਹਿੰਦਾ ਸਾਰੇ ਪੰਜਾਬੀ ਅਤੇ ਦੇਸ਼ ਵਾਸੀਆਂ ਵਾਸਤੇ ਵੀ ਅੱਜ ਬੜੀ ਦੁੱਖ ਦੀ ਘੜੀ ਹੈ ਜੋ ਉਹਨਾਂ ਨੇ ਕੰਮ ਕੀਤੇ ਜੋ ਉਹਨਾਂ ਦੀ ਗੱਲ ਸੀ ਜੋ ਅਕਰੋਸ ਪਾਰਟੀ ਲਾਈਨ ਉਹਨਾਂ ਦੇ ਰਿਸ਼ਤੇ ਸੀ ਬਹੁਤ ਘੱਟ ਇਨਸਾਨ ਹੁੰਦੇ ਜਿਹੜੇ ਅਜਿਹੇ ਰਿਸ਼ਤੇ ਬਣਾਉਂਦੇ ਆ ਜਿਸ ਨੂੰ ਕੋਈ ਪ੍ਰੋਬਲਮ ਹੋਏ ਉਹਨਾਂ ਕੋਲ ਆਉਂਦਾ ਅਤੇ ਉਹਨਾਂ ਦੇ ਹੱਲ ਕਰਦੇ ਸੀ ਅਤੇ ਅੱਜ ਬਹੁਤ ਵੱਡੀ ਕਮੀ ਲੱਗਦਾ ਸਾਰਿਆਂ ਨੂੰ ਹੋਈ ਫਰੀਦਕੋਟ ਦੇ ਪਿੰਡ ਸੰਘੋ ਰੋਮਾਨਾ ਵਿੱਚ ਮਾਮੂਲੀ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਧਿਰਾਂ ਦਾ ਆਪਸ ਵਿੱਚ ਖੂਨੀ ਟਕਰਾਅ ਹੋ ਗਿਆ ਇਸ ਟਕਰਾਅ ਦੌਰਾਨ 3 ਲੋਕਾਂ ਨੂੰ ਗੋਲੀ ਵੱਜੀ ਫਾਇਰਿੰਗ ਵਿੱਚ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਜਣੇ ਗੰਭੀਰ ਜ਼ਖਮੀ ਹੋ ਗਏ
ਮ੍ਰਿਤਕ ਦੇ ਭਰਾ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਬਜ਼ੁਰਗ ਪਿਤਾ ਸ਼ਿੰਗਾਰਾ ਸਿੰਘ ਤੇ ਉਸ ਦਾ ਪੁੱਤਰ ਅੰਗਰੇਜ਼ ਸਿੰਘ ਜ਼ਖਮੀ ਹੋ ਗਏ, ਜਦਕਿ ਦੂਜੇ ਪੁੱਤਰ ਗੁਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਨਾਲ ਲੱਗਦੀ ਜ਼ਮੀਨ ਵਾਲੇ ਪਰਿਵਾਰ ਨਾਲ ਖੇਤ ਨੂੰ ਜਾਂਦੀ ਪਹੀ ਦਾ ਵਿਵਾਦ ਸੀ। ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਬੁਲਾਈ ਗਈ ਸੀ। ਪੰਚਾਇਤ ਨੇ ਸਾਰਾ ਮਾਮਲਾ ਸੁਲਝਾ ਵੀ ਦਿੱਤਾ ਸੀ, ਪਰ ਦੂਜੀ ਧਿਰ ਦੇ ਪੰਚਾਇਤ ਦੇ ਉੱਠਦਿਆਂ ਹੀ ਉਹਨਾਂ ਉੱਪਰ ਫਾਇਰਿੰਗ ਕਰ ਦਿੱਤੀ। DSP ਪ੍ਰਸੰਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਸੰਘੋ ਰੋਮਾਨਾ ਵਿੱਚ ਦੋ ਧੜਿਆਂ ਦੀ ਸਾਂਝੇ ਰਸਤੇ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਈ। ਭੁਪਿੰਦਰ ਸਿੰਘ ਨਾਮਕ ਵਿਅਕਤੀ ਨੇ ਦੂਜੀ ਧਿਰ ਤੇ ਗੋਲੀ ਚਲਾ ਦਿੱਤੀ। ਉਹਨਾਂ ਕਿਹਾ ਕਿ ਅਗਲੀ ਜਾਂਚ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਹ ਪਿੰਡ ਸੰਘੋ ਰੋਮਾਨਾ, ਇਹ ਸਦਰ ਫਰੀਦਕੋਟ 'ਚ ਪੈਂਦਾ। ਇੱਥੇ ਸੁਬਹਾ ਅੱਜ ਕੋਈ 7:30-8 ਵਜੇ ਕੋਈ ਦੋਨਾਂ ਧਿਰਾਂ ਦਾ ਕੋਈ ਪਹੀ ਦਾ ਰੌਲਾ ਸੀ। ਉੱਥੇ ਇਹਨਾਂ ਦੀ ਪਹੀ ਦੀ ਮਿਣਤੀ ਪੰਚਾਇਤ ਰਾਹੀਂ ਹੋ ਰਹੀ ਸੀ। ਉਹਦੇ ਵਿੱਚ ਕੀ ਆ, ਇੱਕ ਧਿਰ ਦੇ ਵਿੱਚ ਮੁੰਡਾ ਸੀ ਕੋਈ ਪਰਵਿੰਦਰ ਸਿੰਘ, ਉਹਨੇ ਆਪਣੇ ਰਿਵਾਲਵਰ ਨਾਲ ਦੂਜੀ ਪਾਰਟੀ 'ਤੇ ਹਮਲਾ ਕਰਤਾ, ਜਿਹਦੇ ਵਿੱਚ ਇੱਕ ਗੁਰਜੀਤ ਸਿੰਘ ਜਿਹੜਾ ਹੈਗਾ ਉਮਰ ਉਹਦੀ 45 ਸਾਲ ਆ, ਉਹਦੀ ਮੌਕੇ 'ਤੇ ਮੌਤ ਹੋ ਗਈ ਆ, ਦੋ ਬੰਦੇ ਇੰਜਰਡ ਆ, ਇਹਦੀ ਤਬਦੀਲੀ ਜਾਰੀ ਹੈ। ਅੰਮ੍ਰਿਤਸਰ ਦੇ ਰਾਮਬਾਗ ਇਲਾਕੇ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਇਹ ਕੋਈ 10 ਵਜੇ ਦੇ ਕਰੀਬ ਮੈਂ ਥਾਣੇ ਹਾਜ਼ਰ ਸੀ ਅਤੇ ਫੋਨ ਆਇਆ। ਫੋਨ 'ਤੇ ਇਤਲਾਹ ਮਿਲੀ ਹੈ ਕਿ ਕਿਸੇ ਬੰਦੇ ਨੇ ਟੈਂਕੀ 'ਤੇ ਚੜ੍ਹ ਕੇ ਛਾਲ ਮਾਰ ਲਈ। ਉਹਦੇ ਮੌਕੇ 'ਤੇ ਪਹੁੰਚਿਆ ਅਤੇ ਇਹ ਬੰਦਾ ਉੱਥੇ ਥੱਲੇ ਡਿੱਗਿਆ ਮਿਲਿਆ। ਉਸ ਦਾ ਛਾਲ ਮਾਰਨ ਦੇ ਨਾਲ ਇਹਦੀ ਡੈਥ ਹੋ ਗਈ ਹੈ। ਇਹਨੂੰ ਹੋਸਪਿਟਲ ਲੈ ਗਏ ਇਲਾਜ ਵਾਸਤੇ, ਇੱਥੇ ਉਹਨਾਂ ਨੇ ਡੈਡ ਡਿਕਲੇਅਰ ਕਰ ਦਿੱਤਾ। ਇਹ ਪਤਾ ਨਹੀਂ, ਇਹ ਪਤਾ ਕਰ ਰਹੇ ਹਾਂ ਅਜੇ। ਅੱਜ ਮੌਕੇ 'ਤੇ ਆਏ ਹਾਂ, ਫਟਾਫਟ ਇਹਨੂੰ ਲੈ ਕੇ ਹੋਸਪਿਟਲ ਆਏ ਹਾਂ। ਬਾਕੀ ਇਹ ਤਫਤੀਸ਼ ਚੱਲਦੀ ਵੀ ਹੈ। ਪਾਣੀ, ਹਾਂਜੀ, ਰਾਮਬਾਗ ਪਾਣੀ ਵਾਲੀ ਟੈਂਕੀ ਛਾਲ ਮਾਰੀ। ਸਪੈਸ਼ਲ ਟਾਸਕ ਫੋਰਸ ਪੁਲਿਸ ਨੇ 418 ਗ੍ਰਾਮ ਹੈਰੋਇਨ, 72,000 ਦੀ ਡਰੱਗ ਮਨੀ ਅਤੇ ਇੱਕ ਕਾਰ ਸਣੇ ਦੋ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਏ। STF ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮੁਹੱਲਾ ਨਿਰਮਲ ਨਗਰ ਨਹਿਰ ਪੁਲ ਦੁਗਰੀ ਨੇੜੇ ਰੇਲਵੇ ਫਾਟਕ ਲੁਧਿਆਣਾ ਕੋਲ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਉਹਨਾਂ ਨੇ ਹਰਪ੍ਰੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਹੈਰੋਇਨ ਡਰੱਗ ਮਨੀ ਬਰਾਮਦ ਹੋਈ। ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਕਾਰ ਨੂੰ ਕਬਜ਼ੇ 'ਚ ਲੈ ਲਿਆ ਅਤੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਇੱਕ ਤਾਂ ਹਰਪ੍ਰੀਤ ਸਿੰਘ ਉਰਫ ਹਰਜੀ, ਇਹ ਮੁਹੱਲਾ ਨਾਨਕਸਰ ਸ਼ਿਮਲਾ ਪੁਰੀ ਦਾ ਰਹਿਣ ਵਾਲਾ, ਅਤੇ ਦੂਸਰਾ ਮੁਕੇਸ਼ ਕੁਮਾਰ ਉਰਫ ਮਿੰਟੂ, ਜਿਹੜਾ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਵੀ ਸ਼ਿਮਲਾ ਪੁਰੀ ਦਾ ਰਹਿਣ ਵਾਲਾ। ਜਿਹੜਾ ਹਰਪ੍ਰੀਤ ਸਿੰਘ ਉਰਫ ਹਰਜੀ ਹੈ, ਇਹ ਕਾਰਾਂ ਦੀ ਸੇਲ ਪਰਚੇਜ ਦਾ ਜਿਹੜਾ ਕੰਮ ਕਰਦਾ ਹੈ, ਅਤੇ ਦੂਸਰਾ ਉਹ ਲੇਬਰ ਵਗੈਰਾ ਦਾ ਜਿਹੜਾ ਇਹ ਕੰਮ ਕਰਦਾ ਹੈ। ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਪਿੰਡਾਂ ਦੀ ਸਥਿਤੀ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਇੱਕ ਪਾਸੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਵੱਲੋਂ ਲਗਾਤਾਰ ਦੌਰੇ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਉੱਥੇ ਹੀ ਹੜ੍ਹਾਂ ਅਤੇ ਦੌਰਿਆਂ 'ਤੇ ਸਿਆਸਤ ਭਖਣੀ ਵੀ ਸ਼ੁਰੂ ਹੋ ਗਈ ਹੈ। ਲੋਹੀਆਂ ਵਿਖੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਹਨਾਂ ਨੇ ਹਰਸਿਮਰਤ ਕੌਰ ਬਾਦਲ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਬਾਦਲ ਲੋਕਾਂ ਦੇ ਦੁੱਖ ਵੰਡਾਉਣ ਲਈ ਨਹੀਂ, ਸਗੋਂ ਸਿਆਸਤ ਨੂੰ ਚਮਕਾਉਣ ਲਈ ਆਈ ਸੀ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਅਜੇ ਤੱਕ ਕੋਈ ਵੀ ਮਦਦ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰਾਂਟ ਦੇ ਲਈ ਲਿਖ ਕੇ ਦੇਣਗੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ। ਪੋਜੀਸ਼ਨ ਜਿਹੜੀ ਉਹ ਦਿਨ ਬਦਿਨ ਇੰਪਰੂਵ ਹੋ ਰਹੀ ਆ, ਵਾਟਰ ਲੈਵਲ ਥੱਲੇ ਨੂੰ ਜਾ ਰਿਹਾ ਵਾ। ਮੈਂ ਪਸ਼ੂ ਧਨ ਬਾਰੇ ਵੀ ਪਤਾ ਕਰਨ ਆਇਆ ਵਾਂ ਵੀ ਕਿੰਨੇ ਮਾਲ ਡੰਗਰ ਦਾ ਕਿੰਨਾ ਨੁਕਸਾਨ ਹੋਇਆ ਵਾ। ਹਜੇ ਤੱਕ ਸਾਡੇ ਕੋਲ 92 ਮੱਝਾਂ ਗਾਵਾਂ ਦੇ ਨੁਕਸਾਨ ਦੀ ਖਬਰ ਆਈ ਆ, ਪਰ ਜਦੋਂ ਪਾਣੀ ਸਾਰਾ ਉਤਰ ਜਾਏਗਾ ਫਿਰ ਅਸਲੀ ਗੱਲ ਦਾ ਪਤਾ ਲੱਗੇਗਾ ਵੀ ਕਿੰਨੇ ਕੁ ਇਹਨਾਂ ਮੱਝਾਂ ਗਾਵਾਂ ਦਾ ਨੁਕਸਾਨ ਹੋਇਆ, ਜਾਨਵਰ ਨੁਕਸਾਨ ਹੋਇਆ। ਬਾਕੀ ਡਾਕਟਰਾਂ ਦੀਆਂ ਟੀਮਾਂ ਪਿੰਡੋ ਪਿੰਡ ਬੈਠੀਆਂ ਨੇ, ਪਾਣੀ ਉਤਰਨ ਤੋਂ ਪਿੱਛੋਂ ਕੋਈ ਬਿਮਾਰੀ ਨਾ ਫੈਲੇ ਉਹਦੇ ਵੱਲ ਸਰਕਾਰ ਦਾ ਪੂਰਾ ਧਿਆਨ ਹੈ। ਮੱਝਾਂ ਗਾਵਾਂ ਵਾਸਤੇ ਵੀ, ਜਾਨਵਰਾਂ ਵਾਸਤੇ ਵੀ ਅਤੇ ਇਨਸਾਨਾਂ ਵਾਸਤੇ ਵੀ, ਦੋਵੇਂ ਤਰ੍ਹਾਂ ਦੇ ਡਾਕਟਰ ਟੀਮਾਂ ਉੱਥੇ ਬੈਠੀਆਂ। ਅੰਮ੍ਰਿਤਸਰ 'ਚ ਦੁਕਾਨ ਵਿੱਚੋਂ ਸਮਾਨ ਚੋਰੀ ਕਰਨ ਦਾ ਵਿਰੋਧ ਕਰਨ 'ਤੇ ਦੋ ਧਿਰਾਂ ਵਿੱਚ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰੌਬਿਨ ਮਹਾਜਨ ਪੁੱਤਰ ਵਿਨੋਦ ਕੁਮਾਰ ਮਹਾਜਨ ਨੇ ਕੁਝ ਵਿਅਕਤੀਆਂ 'ਤੇ ਦੁਕਾਨ ਵਿੱਚੋਂ ਸਮਾਨ ਚੋਰੀ ਕਰਨ ਦੇ ਦੋਸ਼ ਲਗਾਏ ਹਨ। ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਰੌਬਿਨ ਮਹਾਜਨ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਆਪਣੀ ਦੁਕਾਨ 'ਤੇ ਸਵੇਰੇ 11 ਵਜੇ ਗਿਆ ਅਤੇ ਸਮਾਨ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੁਕਾਨ ਵਿੱਚੋਂ ਸਮਾਨ ਚੋਰੀ ਕਰ ਰਹੇ ਗੁਲਸ਼ਨ ਮਹਾਜਨ ਦਾ ਜਦ ਉਹਨਾਂ ਵਿਰੋਧ ਕੀਤਾ ਤਾਂ ਗੁਲਸ਼ਨ ਕੁਮਾਰ ਅਤੇ ਉਸਦੇ ਲੜਕਿਆਂ ਨੇ ਉਹਨਾਂ ਦੇ ਪਿਤਾ ਵਿਨੋਦ ਮਹਾਜਨ ਅਤੇ ਛੋਟੇ ਭਰਾ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਆਈਆਂ ਹਨ, ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਗੁਲਸ਼ਨ ਕੁਮਾਰ ਜੀ ਅਤੇ ਵਿਨੋਦ ਕੁਮਾਰ ਜੀ ਦੋਨੇ ਭਰਾ ਦੀ ਆਪਸ 'ਚ ਲੜਾਈ ਹੋਈ ਹੈ ਦੁਕਾਨ ਤੋਂ, ਠੀਕ ਹੈ, ਅਤੇ ਦੋਨਾਂ ਨੇ ਦਰਖਾਸਤ ਦਿੱਤੀਆਂ ਵਾ, ਦੋਨਾਂ ਨੂੰ ਡਾਕਟਰ ਕੱਢ ਕੇ ਦਿੱਤੇ ਆ, ਅਤੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਦੋਨਾਂ ਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਮਨ ਕੀ ਬਾਤ ਦਾ ਪਹਿਲਾ ਪ੍ਰੋਗਰਾਮ ਸੀ। ਮੋਦੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਤਿਉਹਾਰਾਂ ਅਤੇ ਮੇਲਿਆਂ ਤੋਂ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਮਹਾਨ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਇੱਕ ਹੋਰ ਵੱਡੇ ਤਿਉਹਾਰ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਚਰਚਾ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ 'ਚ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਉਹ ਗੱਲ ਕਰ ਰਹੇ ਹਨ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਪਲਾਸਟਿਕ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਇੱਕ ਨਵੇਂ ਅਭਿਆਨ ਦੀ ਸ਼ੁਰੂਆਤ ਕਰਾਂਗੇ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ ਟੀਵੀ।